ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਪਏ ਸੀ ਵੀ ਐਗਜ਼ਾਮ ਮਟੀਰੀਅਲ ਤੇ ਇੱਕ ਵੀਡੀਓ ਬਣਾ ਕੇ ਦਿਓ ਵੀ ਕਿੱਥੋਂ ਐਗਜ਼ਾਮ ਦਾ ਮਟੀਰੀਅਲ ਆਉਂਦਾ, ਕਿੱਥੋਂ ਪ੍ਰੈਕਟਿਸ ਕਰੀਏ ਤੇ ਕਿੰਨੀ ਪ੍ਰੈਕਟਿਸ ਕਰੀਏ ਜੋ ਨਵੰਬਰ 2023 ਦੇ ਵਿੱਚ ਅਸੀਂ ਡਿਜ਼ਰਵ ਸਕੋਰਿੰਗ ਐਗਜ਼ਾਮ ਚ ਲੜੀਏ। ਸੋ ਅੱਜ ਤੁਹਾਨੂੰ ਕੁਝ ਚੀਜ਼ਾਂ ਐਕਸਪਲੇਨ ਕਰੂੰਗਾ ਵੀ ਕਿਹੜੀਆਂ ਚੀਜ਼ਾਂ ਦੀ ਪ੍ਰੈਕਟਿਸ ਤੁਹਾਨੂੰ ਕਿੱਥੋਂ ਕਰਨੀ ਚਾਹੀਦੀ ਆ, ਕਿਹੜੇ ਵੇ ਨਾਲ ਕਰਨੀ ਚਾਹੀਦੀ ਆ ਵੀ ਜਿੱਥੋਂ ਤੁਹਾਨੂੰ ਉਹ ਮਟੀਰੀਅਲ ਜਿਹੜਾ ਵਾ ਉਹ ਐਗਜ਼ਾਮ ਚ ਰਿਪੀਟ ਹੋ ਜੇ ਤੇ ਤੁਹਾਡੇ ਨਵੰਬਰ 2023 ਦੇ ਵਿੱਚ ਐਗਜ਼ਾਮ ਦੇ ਵਿੱਚ ਬੈਸਟ ਸਕੋਰ ਆ ਜਾਣ। ਜਿਹੜੇ ਬੱਚੇ ਨੇ ਲਾਈਕ ਨਹੀਂ ਕੀਤਾ ਉਸ ਤੋਂ ਪਹਿਲਾਂ ਜਲਦੀ ਜਲਦੀ ਲਾਈਕ ਕਰ ਦਿਓ ਤੇ ਗੁਰਵਿੰਦਰ ਪੀਡੀ ਦਾ ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ। ਹੁਣ ਸਭ ਤੋਂ ਪਹਿਲੀ ਚੀਜ਼ ਇਹ ਆ, ਬਹੁਤ ਬੱਚਿਆਂ ਦਾ ਕੁਐਸਚਨ ਆ ਵੀ ਰੀਡ ਅਲਾਊਡ ਜਿਹੜੇ ਆ ਸਾਡਾ ਫਸਟ ਪਾਰਟ ਰੀਡ ਅਲਾਊਡ ਕਿੱਥੋਂ ਰਿਪੀਟ ਹੋ ਸਕਦੇ ਆ, ਕਿੱਥੋਂ ਪ੍ਰੈਕਟਿਸ ਕਰਨੀ ਚਾਹੀਦੀ ਆ, ਕਿੰਨੀ ਕੁਆਂਟੀਟੀ ਦੇ ਵਿੱਚ ਪ੍ਰੈਕਟਿਸ ਕਰਨੀ ਚਾਹੀਦੀ ਆ। ਰੀਡ ਅਲਾਊਡ ਦੀ ਪ੍ਰੈਕਟਿਸ ਜਿਹੜੀ ਹੈਗੀ ਆ ਤੁਹਾਨੂੰ ਨਿਊਜ਼ਪੇਪਰ ਤੋਂ ਜ਼ਿਆਦਾ ਕਰਨੀ ਚਾਹੀਦੀ ਆ। ਜਿਹੜਾ ਬੱਚਾ ਨਿਊਜ਼ਪੇਪਰ ਨਹੀਂ ਪੜ੍ਹਦਾ ਗਾ, ਠੀਕ ਆ, ਉਹਨੂੰ ਨਿਊਜ਼ਪੇਪਰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ ਵਾ। ਡੇਲੀ ਬੇਸਿਸ ਤੇ ਨਿਊਜ਼ਪੇਪਰ ਨੂੰ ਪੜ੍ਹਨਾ ਸਟਾਰਟ ਕਰੋ ਤੇ ਡੇਲੀ ਦੀ ਇੱਕ ਵੀਡੀਓ ਜਿਹੜੀ ਹੈਗੀ ਆ ਉਹਨੂੰ ਤੁਸੀਂ ਯੂਟਿਊਬ ਤੇ ਕਵਰ ਕਰਨੀ ਸਟਾਰਟ ਕਰੋ। ਕੋਈ ਵੀ ਇੱਕ ਵੀਡੀਓ ਲਓ ਯੂਟਿਊਬ ਤੇ ਜਿਹੜੀ ਆ, ਠੀਕ ਆ, ਜਿਹੜੀ ਆਈ ਹੋਵੇ ਨਵਾਂ, ਕੋਈ ਵੀ ਪ੍ਰੈਡਿਕਸ਼ਨ ਆਇਆ ਹੋਵੇ ਨਵਾਂ ਵੀਡੀਓ ਦਾ ਉਹਨੂੰ ਵੱਧ ਤੋਂ ਵੱਧ ਕਵਰ ਕਰੋ, ਠੀਕ ਆ। ਡੇਲੀ ਦੀ ਇੱਕ ਵੀਡੀਓ ਯੂਟਿਊਬ ਤੇ ਰੀਡ ਅਲਾਊਡ ਦੀ ਐਂਡ ਡੇਲੀ ਦਾ ਨਿਊਜ਼ਪੇਪਰ ਥੋੜਾ ਬਹੁਤ ਰੀਡ ਕਰਿਆ ਕਰੋ। ਇਹ ਦੋ ਕੰਮ ਤੁਸੀਂ ਰੀਡ ਅਲਾਊਡ ਦੀ ਇੰਪਰੂਵਮੈਂਟ ਵਾਸਤੇ ਕਰਨੇ ਆ ਤੇ ਐਗਜ਼ਾਮ 'ਚ ਤੁਹਾਨੂੰ ਰੀਡ ਅਲਾਊਡ ਦੇ ਵਿੱਚ ਕੋਈ ਵੀ ਤੰਗੀ ਨਹੀਂ ਆਊਗੀ। ਅਗਲੀ ਚੀਜ਼ ਹੈਗੀ ਆ ਰਿਪੀਟ ਸੈਂਟੈਂਸ। ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਆਪਾਂ ਨੂੰ ਕਿਵੇਂ ਕਰਨੀ ਚਾਹੀਦੀ ਹੈ, ਕਿੱਥੋਂ ਕਰਨੀ ਚਾਹੀਦੀ ਹੈ, ਕਿੰਨੀ ਕੁਆਂਟੀਟੀ ਦੇ ਵਿੱਚ ਕਰਨੀ ਚਾਹੀਦੀ ਆ। 100 ਦੇ ਵਿੱਚੋਂ 99% ਰਿਪੀਟ ਸੈਂਟੈਂਸ ਜਿਹੜੇ ਹੈਗੇ ਆ ਉਹ ਐਪ ਯੂਨੀ ਦੇ ਵਿੱਚੋਂ ਰਿਪੀਟ ਹੋਣ ਵਾਲਾ ਪਾਰਟ ਆ। ਜੇ ਕਿਸੇ ਬੱਚੇ ਨੂੰ ਲੱਗਦਾ ਪਿਆ ਵੀ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਅਸੀਂ ਕਿੱਥੋਂ ਕਰੀਏ, ਐਪ ਯੂਨੀ ਤੋਂ ਕਰੋ। ਬੈਸਟ ਵੇ ਐਪ ਯੂਨੀ ਤੋਂ ਪ੍ਰੈਕਟਿਸ ਕਰਨ ਦਾ ਰਿਪੀਟ ਸੈਂਟੈਂਸ ਦਾ। ਜੇ ਪ੍ਰੈਕਟਿਸ ਕਰਨੀ ਹੈ ਐਪ ਯੂਨੀ ਤੋਂ ਰਿਪੀਟ ਸੈਂਟੈਂਸ ਦੀ, ਐਪ ਯੂਨੀ ਤੋਂ ਰਿਪੀਟ ਸੈਂਟੈਂਸ ਵੱਧ ਤੋਂ ਵੱਧ 40 to 45, ਠੀਕ ਹੈ ਜੀ, 40 to 45 ਰਿਪੀਟ ਸੈਂਟੈਂਸ ਤੁਸੀਂ ਡੇਲੀ ਦੇ ਕਰਨੇ ਆ। ਦੋ ਸਪੀਡ ਤੋਂ ਐਪ ਯੂਨੀ ਤੇ ਤੁਸੀਂ ਪ੍ਰੈਕਟਿਸ ਕਰਨੀ ਹੈ। ਇੱਕ ਤਾਂ 0.8 ਦੀ ਸਪੀਡ ਹੋਗੀ, ਠੀਕ ਹੈ ਜੀ, 0.8 ਦੀ ਸਪੀਡ ਤੋਂ ਪ੍ਰੈਕਟਿਸ ਕਰਨੀ ਆ। ਇੱਕ 1.2 ਦੀ ਸਪੀਡ ਤੋਂ ਪ੍ਰੈਕਟਿਸ ਕਰਨੀ ਆ। ਇਹ ਦੋ ਸਪੀਡ ਤੋਂ ਤੁਸੀਂ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰਨੀ ਹੈ ਐਪ ਯੂਨੀ ਤੇ। 40 ਤੋਂ 45 ਰਿਪੀਟ ਸੈਂਟੈਂਸ ਕਰਨੇ ਆ, 0.8 ਜਾਂ 1.2, ਆਹ ਦੋ ਸਪੀਡ ਤੋਂ ਪ੍ਰੈਕਟਿਸ ਕਰਨੀ ਆ ਡੇਲੀ ਦੀ, ਠੀਕ ਹੈ ਜੀ। ਅਗਲੀ ਚੀਜ਼ ਹੁੰਦੀ ਡਿਸਕ੍ਰਾਈਬ ਇਮੇਜ। ਡਿਸਕ੍ਰਾਈਬ ਇਮੇਜ ਜਿਹੜੇ ਹੈਗੇ ਆ ਨਾ, ਹੁਣ ਡਿਸਕ੍ਰਾਈਬ ਇਮੇਜ ਦੇ ਵਿੱਚ 50% ਕੰਟੈਂਟ ਕੰਪਲਸਰੀ ਆ, 50% ਕੰਟੈਂਟ ਕੰਪਲਸਰੀ ਆ ਐਂਡ 25 seconds ਤੋਂ ਜਿਹੜਾ ਵਾ ਉਹ ਪਲੱਸ ਹੋਣਾ ਚਾਹੀਦਾ ਵਾ, ਠੀਕ ਆ। 25 seconds ਤੋਂ ਤੁਹਾਡਾ ਡਿਸਕ੍ਰਾਈਬ ਇਮੇਜ ਘੱਟ ਨਹੀਂ ਹੋਣਾ ਚਾਹੀਦਾ ਗਾ। ਡਿਸਕ੍ਰਾਈਬ ਇਮੇਜ ਤੁਸੀਂ ਡੇਲੀ ਦੇ ਹਰ ਇੱਕ ਟਾਈਪ ਦੇ 3-3 ਕਰਨੇ ਆ, ਜਿੰਨੀਆਂ ਵੀ ਟਾਈਪਸ ਆ ਡਿਸਕ੍ਰਾਈਬ ਇਮੇਜ ਦੀਆਂ ਐਪ ਯੂਨੀ ਤੋਂ ਪਰਫਾਰਮ ਕਰਨੇ ਆ, ਜਿਵੇਂ ਲਾਈਨ ਗ੍ਰਾਫ 3, ਬਾਰ ਗ੍ਰਾਫ 3, ਪਾਈ ਚਾਰਟ 3, ਜਿੰਨੇ ਵੀ ਫਾਰਮਸ ਆ, ਜਿੰਨੀਆਂ ਵੀ ਮੈਥਡਸ ਆ, ਜਿੰਨੇ ਵੀ ਗ੍ਰਾਫਸ ਆ, ਸਾਰੇ 3-3 ਕਰਨੇ ਆ, ਠੀਕ ਆ। ਤੇ 25 seconds ਤੋਂ ਪਲੱਸ ਦੀ ਰਿਕਾਰਡਿੰਗ ਹੋਵੇ, 50% ਕੰਟੈਂਟ ਤੁਸੀਂ ਇੱਕ ਗ੍ਰਾਫ 'ਚ ਕਵਰ ਕਰਨਾ ਵਾ। ਇੱਦਾਂ ਤੁਸੀਂ ਡਿਸਕ੍ਰਾਈਬ ਇਮੇਜ ਦੀ ਪ੍ਰੈਕਟਿਸ ਕਰੋਗੇ, ਡੈਫੀਨੇਟਲੀ ਆਪਦੇ ਐਗਜ਼ਾਮ ਦੇ ਵਿੱਚ ਡਿਸਕ੍ਰਾਈਬ ਇਮੇਜ 'ਚ ਵਧੀਆ ਸਕੋਰ ਲਓਗੇ। ਅਗਲੀ ਚੀਜ਼ ਆਉਂਦੀ ਹੈ ਰੀਟਾ ਲੈਕਚਰ। ਹੁਣ ਮੋਸਟ ਇੰਪੋਰਟੈਂਟ ਪਾਰਟ ਆ, 100 ਚੋਂ 90% ਇਹ ਪਾਰਟ ਤੁਹਾਡਾ ਜਿਹੜਾ ਵਾ ਉਹ ਐਪ ਯੂਨੀ 'ਚ ਹੀ ਆਊਗਾ। ਰੀਟਾ ਲੈਕਚਰ ਦੀ ਰਿਕਾਰਡਿੰਗ ਜਿਹੜੀ ਆ ਉਹ 50 seconds ਤੋਂ ਵੱਧ ਦੀ ਸੁਣਨੀ ਨਹੀਂ, ਸੁਣਦੇ ਪਏ ਹੋ 50 seconds ਤੋਂ ਬਾਅਦ ਰਿਕਾਰਡਿੰਗ ਨਹੀਂ ਸੁਣਨੀ। ਜਦੋਂ 50 ਸਕਿੰਟ ਹੋ ਗਏ ਹੈੱਡਫੋਨ ਲਾ ਦਿਓ ਜਾਂ ਆਡੀਓ ਰੋਕ ਦਿਓ, ਉਸ ਤੋਂ ਬਾਅਦ ਆਡੀਓ ਨੂੰ ਸੁਣਨਾ ਨਹੀਂ, 50 seconds ਦੀ ਆਡੀਓ ਸੁਣੋ ਤੇ 20 keywords ਦਾ ਟਾਰਗੇਟ ਰੱਖਣਾ ਵੀ 20 keywords ਜਿਹੜੇ ਆ ਉਹ ਸਾਡੇ ਕੋਲ ਹੋਣੇ ਚਾਹੀਦੇ ਆ 50 seconds ਦੀ ਆਡੀਓ ਦੇ ਵਿੱਚ। 50 seconds ਦੀ ਆਡੀਓ ਦੇ ਵਿੱਚ 20 keywords ਚੱਕਣੇ ਹਰ ਇੱਕ ਬੱਚੇ ਵਾਸਤੇ ਮੋਸਟ ਇੰਪੋਰਟੈਂਟ ਆ ਤੇ 30 seconds ਦੇ ਨੀਅਰ ਅਬਾਉਟ ਤੁਹਾਡੀ ਰਿਕਾਰਡਿੰਗ ਜਾਣੀ ਚਾਹੀਦੀ ਆ। 30 seconds ਦੇ ਨੀਅਰ ਅਬਾਉਟ ਤੁਹਾਡੀ ਰਿਕਾਰਡਿੰਗ ਜਾਣੀ ਚਾਹੀਦੀ ਆ, ਫਿਰ ਤੁਹਾਡਾ ਰੀਟਨ ਲੈਕਚਰ ਐਗਜ਼ਾਮ 'ਚ ਬੈਸਟ ਹੋਊਗਾ ਤੇ 5 ਕਰਨੇ ਆ, 5 ਡੇਲੀ ਦੇ ਰੀਟਨ ਲੈਕਚਰ ਪਰਫਾਰਮ ਕਰਨੇ ਆ, ਬੈਸਟ ਪਰਫਾਰਮੈਂਸ ਹੋਊਗੀ। ਇਹ ਤੁਹਾਡਾ ਸਪੀਕਿੰਗ ਦਾ ਪੈਟਰਨ ਆ, ਇਹਨੂੰ ਫੋਲੋ ਕਰਿਓ, ਡਿਜ਼ਾਇਰ ਸਕੋਰ ਜਿਹੜੇ ਐਗਜ਼ਾਮ ਦੇ ਵਿੱਚ ਸਪੀਕਿੰਗ ਦੇ ਵਿੱਚ 100 ਚੋਂ 1% ਆਉਣਗੇ। ਅਗਲੀ ਚੀਜ਼ ਆ ਰਾਈਟਿੰਗ। ਰਾਈਟਿੰਗ ਦੇ ਵਿੱਚ ਰਾਈਟਿੰਗ ਦੀ ਸਮਰੀਆਂ ਜਿਹੜੀਆਂ ਨੇ, 2 ਤਾਂ ਡੇਲੀ ਦੀਆਂ ਕਰੋ ਹੀ ਕਰੋ ਮੋਸਟਲੀ, ਹਰ ਇੱਕ ਬੱਚੇ ਨੂੰ ਮੈਂ ਕਹਿੰਦਾ ਵੀ 2 ਸਮਰੀਆਂ ਡੇਲੀ ਦੀਆਂ ਪਰਫਾਰਮ ਕਰਨੀਆਂ ਇੰਪੋਰਟੈਂਟ ਆ। ਹੁਣ ਰਿਪੀਟ ਨਹੀਂ ਹੁੰਦੀ ਇਹ ਸਮਰੀ ਕਿਤੋਂ ਵੀ, ਬਹੁਤ ਰੇਅਰ ਚਾਂਸ ਆ ਇਹ ਸਮਰੀ ਕਿਤੋਂ ਰਿਪੀਟ ਹੋ ਜਾਏ, ਇਹ ਰਿਪੀਟ ਬਹੁਤੀ ਨਹੀਂ ਹੁੰਦੀ ਕਿਤੋਂ ਵੀ ਰਿਪੀਟ। ਮੈਂ ਮੋਸਟਲੀ ਇਹ ਸਮਰੀ ਦੀ ਬੱਚਿਆਂ ਨੂੰ ਕਹਿੰਦਾ ਹੁੰਦਾ ਵੀ ਜਿਹੜੀ ਸਮਰੀ ਆ ਰਾਈਟਿੰਗ ਦੀ, ਰਾਈਟਿੰਗ ਦੀ ਸਮਰੀ ਦੀ ਪ੍ਰੈਕਟਿਸ ਐਪ ਯੂਨੀ ਤੋਂ ਕਰ ਲਿਆ ਕਰੋ, ਰਿਪੀਟ ਕਿਤੋਂ ਵੀ ਨਹੀਂ ਹੁੰਦੀਗੀ, ਰੇਅਰ ਚਾਂਸ ਆ ਹੋ ਜਾਏ ਤਾਂ ਵੱਖਰੀ ਗੱਲ ਆ, ਅਦਰਵਾਈਜ਼ ਰਿਪੀਟ ਹੋਣ ਦੇ ਚਾਂਸ ਬਹੁਤ ਘੱਟ ਆ। ਬੱਚੇ ਮੈਨੂੰ ਇਹਦੇ ਵਿੱਚ ਕੋਈ ਕਨੈਕਟਰ ਪੁੱਛਦੇ ਵੀ ਕਿਹੜਾ ਕਨੈਕਟਰ ਯੂਜ਼ ਕਰੀਏ, ਹਾਲਾਂਕਿ ਮੇਰਾ ਕਨੈਕਟਰ ਨਹੀਂ ਗਾ, ਇਹ ਇੱਕ ਬੱਚੇ ਨੇ ਆਪਣੇ ਕੋਲ ਕੈਨੇਡਾ ਤੋਂ ਪੜ੍ਹਦਾ ਸੀਗਾ, ਉਹਨੇ ਯੂਜ਼ ਕੀਤਾ ਸੀਗਾ, ਬਹੁਤ ਵਧੀਆ ਕਨੈਕਟਰ ਆ, ਇੱਕ ਸਿੰਪਲ ਜਿਹਾ ਕਨੈਕਟਰ ਆ ਐਂਡ, ਨਾ ਤਾਂ ਐਂਡ ਦੇ ਵਿੱਚ ਕੋਈ ਕੋਮਾ ਪਾਉਂਦਾ ਸੀ, ਨਾ ਕੁਛ ਕਰਦਾ ਸੀ, ਇੱਕ ਸਿੰਪਲੀ ਐਂਡ ਲੈ ਕੇ ਅਗਲੀ ਲਾਈਨ ਸਟਾਰਟ ਕਰ ਦਿੰਦਾ ਸੀ, ਵਧੀਆ ਡਿਜ਼ਰਵ ਸਕੋਰ ਆਉਂਦੇ ਪਏ ਸੀ। ਤੁਸੀਂ ਕੱਲਾ ਸਿੰਪਲ ਐਂਡ ਯੂਜ਼ ਕਨੈਕਟਰ ਇਹਦੇ ਵਿੱਚ ਕਰ ਸਕਦੇ ਹੋ ਰਾਈਟਿੰਗ ਦੀ ਸਮਰੀ ਦੇ ਵਿੱਚ। ਡੇਲੀ ਦੀਆਂ 2 ਪਰਫਾਰਮ ਕਰਨੀਆਂ ਨੇ, ਠੀਕ ਹੈ ਜੀ, ਇਹਦੇ ਵਿੱਚ ਲਿਮਿਟ ਜਿਹੜੀ ਹੈਗੀ ਆ 45 to 70, ਨਾ ਤਾਂ 45 ਤੋਂ ਥੱਲੇ ਜਾਣਾ ਵਾ ਵਰਡਸ, ਨਾ 70 ਤੋਂ ਪਲੱਸ ਜਾਣਾ ਵਾ, ਵਿੱਚ ਵਿੱਚ ਰਹੋ ਤੇ ਵਧੀਆ ਸਕੋਰ ਤੁਹਾਡੇ ਐਗਜ਼ਾਮ ਦੇ ਵਿੱਚ ਸਮਰੀ ਚ ਆਉਣਗੇ। ਅਗਲਾ ਰਾਈਟਿੰਗ ਦਾ ਐਸੇ।
एक डेली का राइटिंग का एसे जरूर परफॉर्म करना, टाइप करके जरूर वेखना, प्रूफ रीडिंग वो तो वह करनी है। राइटिंग का एसे थोड़ा 15 मिनटों के कवर होना चाहिए वा, जो 5 मिनट रह गए वो प्रूफ रीडिंग देने चाहिए आ, इंपॉर्टेंट आ, क्योंकि एग्जाम के जो बंदा प्रूफ रीडिंग नहीं करता वह बच्चे का कोई भी जो गलत होने के चांसिस बढ़ जाते हैं। सो 15 मिनट के थोड़ा एसे कवर होना जरूरी आ, ये चीज़ को ध्यान च रखियो। अगली मेन एंड इंपॉर्टेंट चीज़ है, एक और चीज़ तुम दसा, राइटिंग का एसे जो है ना ये 100 चो 99% एप यूनी चाहिए, जिहड़ियां स्टेटमेंट होणगियां ना छोटी एप यूनी वालियां हैडिंगां होणगियां उन्होंने प्रॉपरली ध्यान नाल वेख लियो, क्योंकि वह हैडिंग तुहानू एग्जाम च आउणगे मोस्ट रिपीटड आ, उन्हां दे विच तुहानू जिहड़ा एग्जाम आऊगा इह चीज़ नूं ध्यान च रखियो। अगली मोस्ट इंपॉर्टेंट चीज़ आ रीडिंग, हुण टोटली जिन्नी भी रीडिंग आ, हुण रीडिंग दे विच दो आंसर आ, ठीक आ, रीडिंग दे विच मैनूं बच्चे पुछदे आ कि एप यूनी दी रीडिंग जिहड़ी आ उह एग्जाम च रिपीट हो सकदी आ कि नहीं हो सकदी आ, हुण इहदे दोवें आंसर आ, हो भी सकदी आ ते नहीं भी हो सकदी आ, यस ओर नो, दोवें आंसर आ। क्यों? सब तो पहली चीज यह आ, जिन्नी अपनी रीडिंग दी ब्लैंक्सां आ एप यूनी दे विच, उह ब्लैंक्सां दे आंसर जिहड़े हुंदे आ थल्ले वाले आंसर हुंदे आ उह रिपीट हुंदे आ, क्योंकि जिन्ने वो आंसर तुसीं करोगे वो आंसर तुहानूं एग्जाम दे विच भी आउणगे, पर जे तुसीं कहोगे बड़ी तड़ी ब्लैंक्स सानूं एग्जाम च रिपीट हो जाए वह नहीं होगा। सो रीडिंग दी ब्लैंक्स जिहड़ियां होणगियां ना उन्हां दे नीचे जिहड़ियां ब्लैंक्स होणगियां, ठीक आ, उन्होंने कोशिश करो भी कल्ली कल्ली ब्लैंक्स तुहानूं वकैब क्लीयर होवे, जिन्नी वकैब ते ध्यान दोगे उन्नियां तुहाडियां रीडिंग दी ब्लैंक्स जिहड़ियां ने उह वधिया जाणगियां। सब तो पहला तो रीडिंग दी ब्लैंक्स नूं वध तों वध प्रैक्टिस करो। अगली चीज़ की हैगी आ, घट्टो घट्ट तुहाडियां डेली दीआं 40 to 50 वकैब होनी चाहिए आ, 40 to 50 वकैब होनी चाहिए आ, 20 थोड़ी घट्टो घट्ट कलोकेशन होनी चाहिए इन्हें डेली दियाँ, ठीक है, 40 to 50 वकैब चाहिए आ, डेली दी 20 कलोकेशन चाहिए ने, एंड घट्टो घट्ट तुसी डेली दा कोई एक नॉवल या आर्टिकल रीड करो, नॉवल आर्टिकल कोई स्टोरी रीड करो, उस स्टोरी नूं समझण दी अंडरस्टैंड करन दी कोशिश करो। हुण तुसी इन्हां तीन चीज़ों नूं फॉलो करोगे, नॉवल, ठीक है जी, नॉवल आर्टिकल पढ़िया, ठीक है, नॉवल आर्टिकल पढ़िया, कोई एक आपकी वकैब नूं इंप्रूव किया, एक आपकी कलोकेशन इंप्रूव किया, यह तीन चीज़ा थोड़ा थोड़ी रीडिंग क्लीयर करवाणगियां। यह तीन चीज़ों से जिहड़ा बंदा दब के जोर दूगा वह आपकी रीडिंग क्लीयर करेगा, एंड जिन्नियां एप यूनिट के नीचे ब्लैंक्स के आंसर होंगे उन्होंने ध्यान च रख लो, वह भी थोड़ा बहुत हेल्प करेंगे एग्जाम क्लीयर करने के। अगली मेन चीज़ आती है लिसनिंग, SST समराइज स्पोकन टैक्स, 100 चो 99% ये भी पार्ट जो एप यूनिट रिपीट आ। हुण ये समरी भी जी है 50 सैकेंड्स तो बाद ऑडियो सुननी, यदि ऑडियो भी जी लिसनिंग की समरी आ समराइज स्पोकन टैक्स 50 सैकेंड्स तो बाद जी ऑडियो सुननी नहीं, ठीक है, उत्थे स्टॉप कर देनी आ। टारगेट की आ 20 कीवर्ड्स, टारगेट 20 का वध भी चक लियो थोड़ी क्षमता वा, पर 20 तो घट नहीं होने चाहिए, 20 कीवर्ड्स कंपलसरी, ठीक है। हुण लिमिट इहदे विच किन्नी आ 50 to 70, हुण बच्चे कहिंदे भी किन्नी लिमिट तक लिखिए, ठीक है, किन्ने 50 लिखिए, 60 लिखिए, 70 पूरे लिखिए, डिपेंड थोड़े कंटेंट ते करदा, कंटेंट बल्क च होना चाहिए, यह नहीं गा भी टैंपलेट टैंपलेट लगे कंटेंट थोड़ा जिहा लगे, कंटेंट वाह वाह लगना चाहिए, जिन्हें मर्जी कीवर्ड लिख दियो, ठीक है जी, डिपेंड थोड़े ते करदा भी तुसीं किन्ने लिखदे पए हो। अगली चीज़ हैगी आ ब्लैंक्स, लिसनिंग फिल इन दी ब्लैंक्स, हाँ लिसनिंग फिल इन दी ब्लैंक्स की प्रैक्टिस कितों करनी चाहिए आ, लिसनिंग फिल इन दी ब्लैंक्स की प्रैक्टिस करनी चाहिए यूट्यूब तो, एप यूट्यूब तो भी करो, यूट्यूब तो भी करो, डेली दियां 20 ब्लैंक्स जिहड़ियां ने वो आपां नूं करनियां चाहीदियां ने, डेली दियां 20 ब्लैंक्स जिहड़ियां ने, ठीक आ, वो एप यूनी तो करो, डेली दियां 20 ब्लैंक्स जिहड़ियां ने वो एप यूनी तो करो, ते डेली एक वीडियो जिहड़ी आ वो यूट्यूब तो करो, डेली दी 20 ब्लैंक्स आ जिहड़ियां वा ओह ऐप यूनी तो करो, डेली दी एक वीडियो जिहड़ी आ ओह यूट्यूब तो करो। जिवें अज मैं ब्लैंक्स आ कीतियां 20 ब्लैंक्स आ कीतियां ऐप यूनी तो, कल मेरियां जिहड़ियां ब्लैंक्स होणगियां ओह एक पूरी वीडियो मैं फाइंड करनी यूट्यूब तो ब्लैंक्स आ दी उहनूं कवर करना, इह दोवें मैथड नाल प्रैक्टिस करनी स्टार्ट करो, लिसनिंग दे ब्लैंक्स थोड़ियां इंप्रूव होणगियां एग्जाम दे विच। अगली चीज़ जिहड़ी हैगी आ हाईलाइटिंग करैक्ट वर्ड, ऐप यूनी तो ही परफॉर्म करने आ, 1.2 दी स्पीड ते परफॉर्म करने आ, 1.2 दी स्पीड जिहड़ी आ ओह ऐप यूनी ते जे तुसीं करोगे तो तुहानूं हाईलाइट इनकरेक्ट जिहड़े आ ओह एग्जाम दे विच सिंपल लगणगे, क्योंकि ये चीज़ जिहड़ी आ एग्जाम दे विच बहुत आउंदी भी स्पीड, सो इस चीज़ नूं ध्यान च रखियो हाईलाइट इनकरेक्ट दे विच खास करके। राइट फ्रॉम डिक्टेशन जिहड़ा वा 100 दे विचों 99% रिपीट होने वाला पार्ट आ ऐप यूनी दे विच, जिहड़ा बच्चा डिक्टेशन करदा पिया वा ऐप यूनी चों गरंटी आ उन्हें एग्जाम च रिपीट होगी होगी। डेली दियां घट्टो घट 30 to 35 डिक्टेशन हर एक बच्चा परफॉर्म करे, डेली दियां 30 या 35 डिक्टेशन हर एक बच्चा परफॉर्म करे तो डेफिनेटली तुहानूं एग्जाम दे विच डिक्टेशन बहुत हेल्प करनगियां। यह मटीरियल जिहड़ा तुहानूं दस्सिया वा यह नवंबर मंथ दे विच इत्थों रिपीट हुंदा पिया वा, आ वे ना प्रैक्टिस करनी चाहिए नवंबर मंथ दे विच, सो डेफिनेटली तुहानूं एग्जाम दे विच आपदी इंप्रूवमेंट दिखेगी, वधिया स्कोर आउणगे ते डेफिनेटली तुसीं आपदा गोल जिहड़ा वा उहनूं अचीव कर सकदे हो। वीडियो वधिया लगी लाइक करके दोस्त मित्रां दे विच शेयर कर दिओ, जे उहनां नूं भी कन्फ्यूजन आ नवंबर मंथ दे विच की प्रैक्टिस करिए तो यह वीडियो देख के उहनां दी कन्फ्यूजन भी क्लीयर हो जाए, तो जिहड़े बच्चे
लाइक नहीं किया तो हजे तक सबसक्राइब नहीं किया लाइक करके जल्दी जल्दी गुरविंदर पीडी चैनल सबसक्राइब कर लो क्योंकि बहुत सारी इदा दीडियो जन वाली ने डेली 3 बजे फ्री क्लास लैके आने असं लाइव एक ठीक है डेली 3 बजे लाइव होंगे सो लाइव अटेंड करना ना भुलिया करो फ्री ऑफ कॉस्ट क्लास होंगी है वो जोड़े बच्चे घर बैठ के पढ़ना चाहते हैं तो जोड़े बच्चे ऑनलाइन क्लासेस लेना चाहते हैं डिस्क्रिप्शन में नंबर मैनशन है तुम व्हाट्सएप से कॉल मैसेज करके ऑनलाइन क्लासा लै सकते हो मिलते हैं नैक्सट वीडियो के थैंक यू सो मच जी।